ਆਹ ਮਿੰਟੂ ਜੀ ਗੱਲ ਕਰ ਰਿਹਾ ਸੀ ਮੈਂ ਕੁਲਵੰਤ ਸਿੰਘ ਜੀ ਦੀ, ਉਹ ਵਿਧਾਇਕ ਸਾਹਿਬ ਨੂੰ ਵੀ ਕਹਿੰਦੇ ਨੋਟਿਸ ਆ ਗਿਆ। ਦੇਖੋ ਵਿਧਾਇਕ ਸਾਹਿਬ ਨੂੰ ਨੋਟਿਸ ਜਿਹੜਾ ਆਇਆ ਵੋਟਾਂ ਕਰਕੇ, ਇਹ ਹੋਇਆ ਗਏ ਨੇ ਕੁਲਵੰਤ ਸਿੰਘ ਛਤਰਾਣੇ ਵਾਲੇ, ਜੀ ਇਹ ਬੜੇ ਫੇਮਸ ਹੋਏ ਸਨ ਉਸ ਵੇਲੇ ਜਦੋਂ ਸਰਪੰਚੀ ਦਾ ਇਲੈਕਸ਼ਨ ਚੱਲਦਾ ਸੀਗਾ। ਇਹਨਾਂ ਦੇ ਤਾਂ ਘਰੇ ਹੀ ਸਰਪੰਚੀ ਚਲੇ ਗਏ, ਚਾਰ ਕੁ ਬੰਦੇ ਗਏ ਅਤੇ ਉਹ ਪੁਰਾਣੇ ਹਾਰ ਪਏ ਸੀ ਜਿਹੜੇ ਉਹ ਵਿਧਾਨ ਸਭਾ ਵੇਲੇ ਦੇ, ਉਹ ਕਹਿੰਦੇ ਝਾੜ ਕੇ ਲਿਆਇਓ ਅਤੇ ਉਹ ਹੀ ਇਹਦੇ ਭਰਾ ਦੇ ਪਾ ਕੇ ਵਿਧਾਇਕ ਦੇ, ਲਓ ਜੀ ਕਹਿੰਦੇ ਲੈ ਸਰਪੰਚ ਬਣ ਗਿਆ ਜੀ। ਬਾਹਰ ਰੌਲਾ ਪੈ ਗਿਆ। ਉਹ ਕਹਿੰਦੇ ਇਹ ਕਿਹੜੀ ਸਰਪੰਚੀ ਆ ਬਈ ਜਿਹੜੀ ਤੁਹਾਡੇ ਘਰ ਹੀ ਆ ਗਈ ਆ ਮੂੰਹ ਚੁੰਮਣ, ਬਈ ਇੱਦਾਂ ਥੋੜ੍ਹੀ ਸਰਪੰਚੀ ਹੁੰਦੀ ਆ। ਜੇ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਦੇ ਵਿੱਚ ਆਉਣਾ ਪੈਂਦਾ ਤੁਹਾਨੂੰ, ਜੀ ਲੋਕਾਂ ਦੇ ਬਿਲਕੁਲ ਵਿੱਚ ਆਉਣਾ ਪੈਂਦਾ ਸਾਹਿਬ, ਲੋਕਾਂ ਨੂੰ ਸਹਿਮਤ ਕਰਨਾ ਪੈਂਦਾ। ਅੱਛਾ ਬੜਾ ਰੌਲਾ ਪਿਆ। ਉਹ ਇੱਕ ਗੁਰਚਰਨ ਜੀ ਸਨ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਮੈਨੂੰ ਤਾਂ ਦੱਸਿਆ ਜਾ ਰਿਹਾ ਸਗੋਂ। ਉਹ ਸਰਬਸੰਮਤੀ ਵਾਲਾ ਕੰਮ ਇਹ ਹੋਇਆ ਕਿ ਵਿਧਾਇਕ ਨੂੰ ਅਨਾਊਂਸਮੈਂਟ ਕਰਾਉਣੀ ਪਈ ਕਿ ਭਰਾਵੋ ਅਸੀਂ ਇਸ ਗੇਮ 'ਚੋਂ ਬਾਹਰ ਹਾਂ, ਕਿਉਂਕਿ ਖਬਰਾਂ ਚੱਲੀਆਂ ਆਪਾਂ ਵੀ ਚਲਾਈ, ਜੀ 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 ਅਨਾਊਂਸਮੈਂਟ ਕਰਾਉਣੀ ਪਈ। ਅੱਛਾ ਉੱਥੇ ਹੋਇਆ ਇਲੈਕਸ਼ਨ, ਇਹ ਜਿਹੜੇ ਗੁਰਚਰਨ ਜੀ ਆ ਇਹ ਫਿਰ ਹਾਈ ਕੋਰਟ ਪਹੁੰਚ ਗਏ ਆ, ਪਹਿਲਾਂ ਵੀ ਗਏ, ਪਹਿਲਾਂ ਬਾਜ਼ੀ ਜਿੱਤ ਲਈ, ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਜੀ, ਤਾਂ ਇਹ ਬਾਜ਼ੀ ਜਿੱਤ ਗਏ ਤਾਂ ਹੁਣ ਇੱਕ ਵਾਰੀ ਫਿਰ ਚਲੇ ਗਏ, ਚਲੇ ਇਸ ਕਰਕੇ ਗਏ। ਉਹ ਕਹਿੰਦੇ ਜੀ ਕਿ ਉੱਥੇ ਤਾਂ ਸ਼ਾਇਦ ਜੋ ਬੈਲਟ ਪੇਪਰ ਸੀ ਉਹਨਾਂ 'ਚ ਐਸਿਡ ਸੁੱਟ ਗਿਆ, ਐਸਿਡ ਸੁੱਟਤਾ, ਬਿਲਕੁਲ ਕਮਾਲ ਦੀ ਗੱਲ। ਐਸਿਡ, ਐਸਿਡ 'ਤੇ ਤਾਂ ਪਾਬੰਦੀ ਆ, ਪਾਬੰਦੀ ਆ ਬਿਲਕੁਲ, ਪਾਬੰਦੀ ਵਾਲੇ ਕੰਮ ਹੀ ਕਰਦੇ ਆ, ਹੈ ਨਾ, ਜਿੱਥੇ ਪਾਬੰਦੀ ਹੁੰਦੀ ਹੈ ਫਿਰ ਉੱਥੇ ਪਾਬੰਦੀ ਉੱਥੇ ਐਸਿਡ ਸੁੱਟਦੇ ਆ। ਜੀ ਜੀ ਕਮਾਲ ਦੀ ਗੱਲ ਆ, ਐਸਿਡ ਹੀ ਸੁੱਟ ਦਿੱਤਾ ਹੱਦ ਆ, ਕਿਸੇ ਕੋਈ ਕਰਮਚਾਰੀ ਤੇ ਪੈ ਜਾਂਦਾ ਜਾਂ ਕਿਸੇ ਹੋਰ। ਪਹਿਲਾਂ ਸਿਆਹੀ ਸੂਈ ਵਾਲਾ ਆਇਆ ਸੀ ਨਾ, ਸਿਆਹੀ 'ਚ ਕਈ ਵਾਰੀ ਕਹਿੰਦੇ ਮਾੜਾ ਮੋਟਾ ਕਿਤੇ ਗਲਤ ਉਹ ਇੱਕ ਤੇ ਖਾ ਹੀ ਗਿਆ ਸੀ ਬੈਲਟ ਪੇਪਰ, ਇੱਥੇ ਪੰਜਾਬ ਦੇ ਵਿੱਚ ਵੀ ਬੰਦੇ ਨਾ ਤਾਂ ਦੀ ਤਾਂ ਹੀ ਪਏ ਨੇ, ਬਿਲਕੁਲ ਗਾਂ ਦੀ ਗਾਂ ਹੀ ਪਏ ਨੇ, ਉਹ ਇੱਕ ਚਿੱਥ ਕੇ ਖਾ ਹੀ ਗਿਆ। ਦੱਸੋ ਨਾ ਰਹੇਗਾ ਬਾਂਸ ਨਾ ਵਜੇਗੀ ਬਾਂਸ, ਹੁਣ ਸਵੇਰੇ ਵੋਟਾਂ ਕੱਢਦਾ ਫਰੀ, ਇਹੋ ਜਿਹੀ ਹਾਲਤ ਹੋ ਗਈ ਆ। ਗੱਲ ਇਹ ਆ ਕਿ ਕੀ ਹੋਇਆ ਲੋਕਾਂ ਨੂੰ, ਉੱਥੇ ਤੁਸੀਂ ਵੇਖਿਆ ਹੋਣਾ ਜੀਰੇ ਦੇ ਲਾਗੇ ਇੱਕ ਨੇ ਲਿਆ ਕੇ ਤੇ ਥਰਮਸ ਚਾਹ ਪੀਓ ਜੀ, ਚਾਹ ਪਿਓ ਨੇ ਲਿਜਾ ਕੇ ਤੇ ਸ਼ਾਹੀ ਸੁੱਟ ਦਿੱਤੀ। ਹਾਂ ਬਿਲਕੁਲ, ਉਹ ਤੇਰਾ ਭਲਾ ਹੋ ਜੇ ਤੇਰਾ, ਸਾਰ ਨੀਲਾ ਨੀਲਾ ਹੀ ਕਰ ਦਿੱਤਾ। ਅੱਗੇ ਇੱਥੇ ਨੇਤਾਵਾਂ ਦੀਆਂ ਨੀਲੀਆਂ ਫਿਲਮਾਂ ਨਹੀਂ ਸੂਤ ਆਉਣ ਡਈਆਂ, ਤੂੰ ਵੋਟਾਂ ਹੀ ਨੀਲੀਆਂ ਕਰ ਦਿੱਤੀਆਂ ਨੇ। ਤਾਂ ਬਾਈ ਇਹ ਸਾਰਾ ਕੁਛ ਜਿਹੜਾ ਹੈ ਨਾ ਹੁਣ ਗਿਆ ਹਾਈਕੋਰਟ, ਹਾਈਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਜੀ, ਤਾਂ ਸੁਭਾਵਿਕ ਹੈ ਕਿ ਹੁਣ ਜਾ ਕੇ ਇਹਦੇ 'ਤੇ ਜਵਾਬਦੇਹ ਹੋਣਾ ਪਏਗਾ। ਬਿਲਕੁਲ ਜੀ, ਪਰ ਇੰਟਰਸਟਿੰਗ ਗੱਲ ਹੈ ਕਿ ਦੇਖ ਲਓ ਕਿ ਉਹ ਚਿੱਚੜਵਾਲ ਦੀ ਜਿਹੜੀ ਪੰਚਾਇਤੀ ਚੋਣ ਆ ਉਹ ਚੋਣਾਂ ਤੋਂ ਬਾਅਦ ਵੀ ਕਹਿ ਲਓ ਕਿ ਇੱਕ ਰੌਲੇ ਰੱਪੇ ਦਾ ਸਬੱਬ ਬਣੀ ਪਈ ਆ। ਬਿਲਕੁਲ, ਦੇਖੋ ਹੁਣ ਇਹ ਰੌਲਾ ਕਦੋਂ ਨਿਬੜਦਾ, ਲੰਮੀ ਕਹਿ ਲਓ ਕਿ ਤਾਂ ਬੀਰਬਲ ਦੀ ਖੀਰ ਵਾਲੀ ਗੱਲ ਹੀ ਬਣ ਗਈ, ਖਿਚੜੀ ਵਾਲੀ, ਸੋਰੀ ਜੀ, ਬੀਰਬਲ ਦੀ ਖਿਚੜੀ ਵਾਲਾ ਸਾਹਿਬ ਹੋ ਗਿਆ ਜੀ, ਤਾਂ ਬੀਰਬਲ ਦੀ ਖਿਚੜੀ ਵਾਲਾ ਸਿਸਟਮ ਜਿਹੜਾ ਸੀਗਾ ਕੁਛ ਇਸੇ ਤਰ੍ਹਾਂ ਹੀ ਸੀਗਾ। ਉਹ ਤੁਹਾਨੂੰ ਪਤਾ ਕਹਾਣੀ ਦਾ ਕੀ ਆ, ਮਾੜੀ ਆਪਾਂ ਮਹਾਭਾਰਤ ਨਾਲ ਸਾਂਝੀ ਕਰ ਦਿਓ। ਚਲੋ ਅੱਛਾ ਹੋਇਆ ਕੀ ਕਿ ਬਾਦਸ਼ਾਹ ਨੇ ਰੱਖ ਦਿੱਤਾ ਨਾਮ ਜੀ, ਬਾਦਸ਼ਾਹ ਨੇ ਨਾਮ ਰੱਖ ਦਿੱਤਾ ਕਿ ਬਈ ਜਿਹੜਾ ਠੰਡ ਬੜੀ ਸੀਗੀ ਵੀ ਜਿਹੜਾ ਉਹ ਸਾਹਮਣੇ ਨਦੀ ਜਾਂ ਤਲਾਅ ਕੁਛ ਵੀ ਹੋਊਗਾ ਕਿ ਇਹਦੇ 'ਚ ਰਾਤ ਕੱਟੇਗਾ ਨਾ ਜਿਹੜਾ, ਉਹਨੂੰ ਮੈਂ ਨਾਮਾਤ ਦੇਊਂਗਾ, ਨਾਮ ਦੇਊਂਗਾ ਜੀ। ਚਲੋ ਕੋਈ ਵਿਚਾਰਾ ਮਾਤੜ ਸੀ, ਉਹਨੂੰ ਜ਼ਰੂਰਤ ਸੀਗੀ, ਧੋਬੀ ਸੀ, ਉਹਨੇ ਆਖਿਆ ਅੱਗੇ ਪਿੱਛੇ ਵੀ ਤਾਂ ਪਾਣੀ 'ਚ ਹੱਥ ਪੈਰ ਚੱਲਦੀ ਹੈ, ਘਰ ਟਰਾਈ। ਹੁਣ ਸਾਹਮਣੇ ਉਹਦਾ ਮਹਿਲ ਸੀ, ਸਾਹਮਣੇ ਮਹਿਲ ਸੀਗਾ ਤੇ ਚਲੋ ਰਾਤ ਖੜਾ ਰਿਹਾ। ਸਵੇਰੇ ਉਹਨੇ ਆਖਿਆ ਰਾਜਾ ਲਿਆ ਮੇਰਾ ਨਾਮ ਰੱਖ, ਉਹਨੇ ਆਖਿਆ ਪਹਿਲਾਂ ਇਹ ਦੱਸ ਕਿ ਰਾਤ ਕਿੱਦਾਂ ਠੰਡੇ ਪਾਣੀ 'ਚ ਕੱਢੀ ਉਹ। ਉਹ ਕਹਿੰਦਾ ਵੀ ਸਾਹਮਣੇ ਮਸ਼ਾਲ ਜਗਦੀ ਸੀ, ਲਾਈਟ ਜਗਦੀ ਸੀ ਤੇ ਮੈਂ ਉਹਦੀ ਲੋ ਮਹਿਸੂਸ ਕਰਦਾ ਰਿਹਾ। ਮਹਿਸੂਸ ਕਰਨ ਦੀ ਗੱਲ ਹੈ ਨਾ, ਬਿਲਕੁਲ ਜੀ ਬਿਲਕੁਲ, ਕਿ ਬਾਈ
ਯਾਰ ਮੈਨੂੰ ਸੇਕ ਲੱਗ ਰਿਹਾ, ਸੇਕ ਲੱਗ ਰਿਹਾ। ਉਹਨੇ ਆਖਿਆ ਨਾ ਨਾ ਨਾ, ਬਾਦਸ਼ਾਹ ਵੀ ਤੁਹਾਨੂੰ ਪਤਾ ਦਿਮਾਗ ਜ਼ਿਆਦਾ ਹੀ ਰੱਖਦਾ ਸੀ। ਉਹਨੇ ਆਖਿਆ ਤੇ ਚੀਟਿੰਗ ਹੈ, ਚੀਟਿੰਗ ਹੈ, ਸੇਕ ਤਾਂ ਤੂੰ ਮਹਿਲ ਦਾ ਲੈਂਦਾ ਰਿਹਾ ਜੀ। ਉਹਨੇ ਕਹੀ ਯਾਰ ਆਹ ਤਾਂ ਮਾਰੇ ਗਏ। ਉਹਨੇ ਕਹੀ ਤਾਂ ਬੜੀ ਬਿਪਤਾ। ਚਲੋ ਜੀ, ਉਹ ਬੀਰਬਲ ਨੇ ਗੱਲ ਸੁਣੀ, ਉਹ ਤਾਂ ਅਗਲੇ ਦਿਨ ਦਰਬਾਰ ਹੀ ਨਾ ਆਇਆ। ਉਹ ਬੰਦੇ ਭੇਜੇ ਵੀ ਕਿੱਥੇ ਆ, ਉਹਨੇ ਆ ਮੇਰੀ ਖਿਚੜੀ ਬਣ ਰਹੀ ਹੈ, ਜਦੋਂ ਖਿਚੜੀ ਬਣ ਜੂਗੀ ਮੈਂ ਆ ਜੂੰਗਾ ਜੀ। ਫਿਰ ਕੋਈ ਦੋ ਪੈਰ ਬੀਤੇ, ਫਿਰ ਉਹ ਫਿਰ ਆਪ ਗਿਆ ਬਾਦਸ਼ਾਹ ਨੇ ਕਿਹਾ ਖਿਚੜੀ ਅਜੇ ਤੱਕ ਖਿਚੜੀ ਨਹੀਂ ਬਣ ਰਹੀ ਹੈ, ਕੀ ਚੱਕਰ ਆ। ਉਹਨੇ ਉਹ ਜਿਹੜੀ ਤੌੜੀ ਜੀ ਸੀ ਖਿਚੜੀ ਵਾਲੀ, ਉਹ ਤੇ ਤਾਂ ਵੱਧੀ ਸੀ ਤੇ ਥੱਲੇ ਥੱਲੇ ਪਾਥੀਆਂ ਚਾਰ ਲਾਈਆਂ। ਅੱਛਾ ਜੀ। ਉਹਨੇ ਮੂਰਖਾ ਆ ਕੇ ਬਾਦਸ਼ਾਹ ਨੇ ਉਹਨੇ ਕਿਹਾ ਖਿਚੜੀ ਤੇ ਤੇਰੀ ਸਾਲਾਂ ਵੱਧੀ ਨਹੀਂ ਬਣਨੀ, ਜਿਹੜਾ ਹਿਸਾਬ ਕਿਤਾਬ ਆ, ਮੂਰਖ ਹੈ ਤੂੰ ਬੀਰਬਲ, ਕਿ ਅੱਗ ਤੇਰੀ ਕਿਤੇ ਆ, ਤੌੜੀ ਜੀ ਤੇਰੀ ਤਾਂ ਕਿਤੇ ਆ। ਉਹਨੇ ਆਖਿਆ ਆਹੀ ਤੇ ਚੀਜ਼ ਆ, ਤੇਰਾ ਮਹਿਲ ਕਿਤੇ ਆ, ਸੇਕ ਤੇਰਾ ਕਿਤੇ ਆ, ਤੂੰ ਗਰੀਬ ਦਾ ਨਾਮ ਦੱਬੀ ਬੈਠਾ। ਬਿਲਕੁਲ। ਤੇ ਜਿਵੇਂ ਉਹ ਸਭ ਕੁਛ ਸੰਭਵ ਹੋਵੇ, ਆਹ ਵੀ ਬਣ ਜੂਗੀ ਖਿਚੜੀ। ਤਾਂ ਬਲਵੀਰ ਬਾਈ ਉਹ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਬੀਰਬਲ ਵਾਲੀ ਖਿਚੜੀ ਆ ਨਾ, ਉਹ ਇੱਥੋਂ ਪ੍ਰਸਿੱਧ ਹੋਈ ਆ, ਕਹਾਵਤ ਆ ਇੱਕ ਤਰ੍ਹਾਂ ਸਮਝਾਉਣ ਦਾ ਤਰੀਕਾ। ਇੱਧਰ ਕਮੈਂਟਾਂ ਦੇ ਵਿੱਚ ਕਾਫੀ ਖਿਚੜੀ ਪੱਕ ਗਈ ਹੈ ਜੀ, ਪਰ ਇਹਨਾਂ 'ਚ ਕਿਹੜੀ ਸਹੀ ਹੈ ਮੈਨੂੰ ਪਤਾ ਨਹੀਂ। ਮਿੱਤਰ ਕਹਿ ਰਹੇ ਨੇ, ਕੋਈ ਕਹਿ ਰਿਹਾ ਕਿ ਭਾਈ ਲੱਤ ਅਤੇ ਪੈਰ 'ਤੇ ਫ੍ਰੈਕਚਰ ਹੋਇਆ, ਕੁਰਸੀ ਤੋਂ ਡਿੱਗੇ ਨੇ, ਕੋਈ ਕਹਿੰਦੇ ਕਿ ਚੱਲਦੇ ਹੋਏ, ਕੋਈ 6:00 ਉਹਨਾਂ ਦੇ ਕਿਸੇ ਨਿਊਜ਼। ਚਲੋ ਮੈਂ ਚੈੱਕ ਕਰਦਾ, ਤੁਸੀਂ ਕਮੈਂਟ ਚੈੱਕ ਕਰੋ, ਮੈਂ ਚੈੱਕ ਕਰਦਾ ਸਭ। ਜੀ ਜੀ ਜੀ, ਕੋਸ਼ਿਸ਼ ਕਰਦਾ। ਹਾਂਜੀ ਹਾਂਜੀ, ਤੁਸੀਂ ਇਹ ਚੈੱਕ ਕਰ ਲਓ। ਆਪਾਂ ਕੋਈ ਵੀ ਗੱਲ ਇਹਦਾ ਪੁਸ਼ਟੀ ਵਾਲੀ ਹੋਈ ਤਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਭਾਈ, ਬਾਕੀ ਅਸੀਂ ਇਸ ਗੱਲ ਤੋਂ ਕਮੈਂਟਸ ਤੋਂ ਜਿਹੜੀ ਆ ਕੋਈ ਪੁਸ਼ਟੀ। ਇੱਕ ਵੱਡੀ ਖਬਰ ਇਹ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੈੱਡ ਸਿਕਿਉਰਿਟੀ ਜਿਹੜੀ ਉਹ ਵਾਪਸ ਕਰ ਦਿੱਤੀ ਹੈ। ਠੀਕ ਹੈ ਜੀ, ਹੁਣ ਹਾਂਜੀ ਇੱਕ ਖਬਰ ਤੁਹਾਨੂੰ ਹੋਰ ਕੱਢ ਦਿੱਤੀ ਹੈ, ਬ੍ਰੇਕਿੰਗ ਕਹਿ ਲਓ, ਤਾਂ ਦੂਜੀ ਵੀ ਆਪਾਂ ਦੇਖ ਲੈਂਦੇ ਹਾਂ ਜੇ ਉਹਦੇ ਵਿੱਚ ਕੋਈ ਸੱਚ ਹੋਇਆ, ਕੋਈ ਕਿਸੇ ਦੇ ਪੁਖਤਾ ਤੌਰ 'ਤੇ ਜਾਣਕਾਰੀ ਦਿੱਤੀ ਹੋਈ ਤਾਂ ਆਪਾਂ ਜ਼ਰੂਰ ਦੇਖਾਂਗੇ। ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਅਕਸਰ ਟਵੀਟ ਕਰਦੇ ਰਹਿੰਦੇ ਆ। ਡਾਕਟਰ ਦਲਜੀਤ ਸਿੰਘ ਚੀਮਾ ਦਾ ਜੇ ਆਪਾਂ ਦੇਖੀਏ ਲੇਟੈਸਟ ਟਵੀਟ, ਤਾਂ ਉਹ ਕਹਿ ਰਹੇ ਨੇ ਕਿ ਬਾਈ ਅੱਜ ਅੰਮ੍ਰਿਤਸਰ ਵਿਖੇ ਸੱਜੇ ਪੈਰ ਦੀ ਇੱਕ ਛੋਟੀ ਹੱਡੀ ਵਿੱਚ ਫ੍ਰੈਕਚਰ ਹੋ ਗਿਆ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਠਾਕ ਹਨ। ਕਿਰਪਾ ਕਰਕੇ ਸਾਰੇ ਸੰਬੰਧਿਤ ਜਿਹੜੇ ਆ ਬਾਈ ਨੋਟ ਕਰ ਲੈਣ। ਤਾਂ ਇਹ ਅੱਜ ਗਏ ਹੋਏ ਸਨ ਸੁਖਵੀਰ ਸਿੰਘ ਬਾਦਲ ਜੀ ਜੀ, ਤਾਂ ਇਹਨਾਂ ਦੀ ਇੱਕ ਫੋਟੋ ਵੀ ਹੈ, ਜੇ ਤੁਸੀਂ ਉਹ ਦੇਖਣੀ ਚਾਹੋ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਿੰਦਾ ਜਿਹੜੀ ਸੱਟ ਲੱਗੀ ਹੋਈ ਹੈ। ਆ ਲਓ ਜੀ ਜੀ, ਇਹ ਫੋਟੋ ਵੀ ਆ ਗਈ ਹੈ ਜੀ ਜੀ ਜੀ, ਉਹ ਹਾਂ ਚਲੋ ਪੁਸ਼ਟ ਜਿਹੜਾ ਹਾਂ ਜੀ ਇਹ ਕਹਿ ਸਕਦੇ, ਕਿਉਂਕਿ ਆਹ ਦੇਖੋ ਨਾ ਪਲਾਸਟਰ ਜਿਹਾ ਲੱਗਿਆ ਹੋਇਆ, ਪਲਾਸਟਰ ਜਿਹਾ ਲਾ ਦਿੱਤਾ ਗਿਆ। ਚਲੋ ਭਾਈ ਚਿੰਤਾ ਦੀ ਗੱਲ ਨਹੀਂ, ਹੋ ਡਿੱਗ ਕਾਹਤੋਂ ਪਏ ਆ, ਅਜੇ ਤਾਂ ਕੋਈ ਗੱਲ ਨਹੀਂ ਪ੍ਰਧਾਨ ਜੀ, ਥੋੜ੍ਹਾ ਕੈਮਰਾ ਉਹ ਕਾਹਤੋਂ ਡਿੱਗਣਾ ਕੋਈ ਗੱਲ ਨਹੀਂ, ਪਰ ਕਈ ਵਾਰ ਅਚਨਚੇਤੀ ਕੰਮ ਹੋ ਜਾਂਦਾ, ਟੈਨਸ਼ਨ ਨਹੀਂ ਲੈਣੇ ਕਾ ਕੋਈ ਗੱਲ ਨਹੀਂ, ਆਉਂਦੀਆਂ ਜਾਂਦੀਆਂ ਹੁੰਦੀਆਂ ਨੇ ਸਿਆਸਤਦਾਨਾਂ ਅਤੇ ਪੀੜਾਂ, ਘਬਰਾ ਹੋਣਾ ਬਈ, ਆਪਾਂ ਇਹੀ ਕੰਮ ਨਾ ਹੀ ਕਰ ਸਕਦੇ ਪ੍ਰਧਾਨ ਜੀ। ਪ੍ਰਧਾਨ ਜੀ ਤਾਂ ਵੈਸੇ ਹੁਣ ਹੈ ਨਹੀਂ ਗੇ, ਆਪਾਂ ਨਾ ਹੀ ਕਹੀਏ, ਹਾਲ ਦੀ ਕੜੀ ਤਾਂ ਕਾਰਜਕਾਰੀ ਪ੍ਰਧਾਨ ਜਿਹੜੇ ਆ ਪੂੰਦੜ ਸਾਹਿਬ, ਇਹਨਾਂ ਨੂੰ ਇੱਕ ਵਾਰੀ ਕਹਿ ਸਕਦੇ ਹਾਂ ਕਿ ਬ੍ਰੇਕ 'ਤੇ ਚੱਲ ਰਹੇ ਪ੍ਰਧਾਨ ਆ ਜਿਹੜੇ ਜੀ ਜੀ, ਤਾਂ ਉਹਨਾਂ ਨੂੰ ਹੁਣ ਬੈਡ ਰੈਸਟ ਵੀ ਕਰਨੀ ਪਊਗੀ। ਚਲੋ ਜ਼ਿਆਦਾ ਕਾਇਮ ਹੋ ਗਿਆ ਜਾਣਗੇ, ਕੋਈ ਅਕਾਲੀਆਂ ਵਾਸਤੇ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਵਾਸਤੇ ਕਾਮਨਾ ਕਰਦੇ ਹਾਂ, ਜਲਦੀ ਸੇਤੀ ਆਵੋ ਜੀ ਜੀ ਜੀ। ਮਿੰਟੂ ਜੀ, ਬਾਦਲ ਸਾਹਿਬ ਦੀ ਗੱਲ ਹੋਈ ਹੈ ਅਤੇ ਬੀਬਾ ਬਾਦਲ ਹੋਰਾਂ ਦੀ ਵੀ ਗੱਲਬਾਤ ਆਪਾਂ ਕਰ ਲਈਏ। ਉਹ ਇੱਕ ਨਵਾਂ ਬਿੱਲ ਸੁਜੈਸਟ ਕਰ ਰਹੇ ਨੇ, ਸੁਝਾਅ ਦੇ ਰਹੇ ਨੇ ਭਾਈ, ਕਹਿੰਦੇ ਬੱਚਿਆਂ ਦੇ ਵਿੱਚ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਆਪਾਂ ਕਰੀਏ ਕੋਈ ਕੰਮ ਰਲ ਮਿਲ ਕੇ। ਇਹ ਬਿੱਲ ਥੋੜ੍ਹਾ ਜਿਹਾ ਸਾਂਝਾ ਕਰ ਦਿਓ ਸਾਡੇ ਨਾਲ, ਇਹਦੇ 'ਚ ਕੀ ਇਹਦਾ ਏਜੰਡਾ ਕੀ ਹੈ? ਦੇਖੋ ਲੰਮਾ ਚੌੜਾ ਨਾਮ ਹੈ ਇਸ ਬਿੱਲ ਦਾ ਜੀ। ਗੱਲ ਕੀ ਹੁੰਦੀ ਆ ਕਿ ਜੇ ਕੋਈ ਆਪਾਂ ਦੇਖਦੇ ਹਾਂ ਕਿ ਕਿਸੇ ਪਾਰਟੀ ਦਾ ਸਿੰਗਲ ਐਮ ਪੀ ਆ, ਆਜ਼ਾਦ ਐਮ ਪੀ ਆ, ਤਾਂ ਉਹ ਪ੍ਰਾਈਵੇਟ ਮੈਂਬਰ ਬਿੱਲ ਲਿਆ ਸਕਦਾ ਉਹ।
ਮਤਲਬ ਕਿ ਸਰਕਾਰ ਵੱਲੋਂ ਨਹੀਂ ਲਿਆਂਦਾ ਜਾਂਦਾ, ਪਾਰਟੀਕੂਲਰ ਕਹਿ ਲਓ ਕਿ ਇੱਕ MP ਜਾਂ ਇਹ ਵਿਧਾਨ ਸਭਾ 'ਚ ਵੀ ਹੁੰਦਾ, ਮੈਨੂੰ ਯਾਦ ਹੈ ਕਿ ਇੱਕ